ਖਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ। ਬਾਂਦਾ ਜੇਲ੍ਹ ਦੇ ਵਿੱਚ ਉਸਨੂੰ ਹਾਰਟ ਅਟੈਕ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਜਦੋਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਾਂ ਉੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ। ਆਖਿਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਮਾਫੀਆ ਡੋਨ ਮੁਖਤਾਰ ਅੰਸਾਰੀ ਦਾ ਜ਼ੁਰਮ ਦੇ ਨਾਲ ਨਾਤਾ ਕਦੋਂ ਤੋਂ ਜੁੜਿਆ ਤੇ ਆਖਿਰ ਕੌਣ ਸੀ ਮੁਖਤਾਰ ਅੰਸਾਰੀ ਤੇ ਪੰਜਾਬ ਦੇ ਨਾਲ ਇਸਦਾ ਕੀ ਲੈਣਾ ਦੇਣਾ ਸੀ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਆਖਿਰ ਮੁਖਤਾਰ ਅੰਸਾਰੀ ਹੈ ਕੌਣ ਸੀ। ਤਾਂ ਯੂਪੀ ਦੇ ਪੂਰਵਾਂਚਲ ਦਾ ਇਹਨੂੰ ਡੌਨ ਕਿਹਾ ਜਾਂਦਾ ਹੈ। ਸਾਲ 2005 ਤੋਂ ਜੇਲ੍ਹ ਦੇ ਵਿੱਚ ਇਹ ਬੰਦ ਹੈ ਤੇ ਬੀਤੇ 18 ਮਹੀਨਿਆਂ ਦੇ ਵਿੱਚ 8 ਮੁਕੱਦਮਿਆਂ ਦੇ ਵਿੱਚ ਇਸਨੂੰ ਸਜ਼ਾ ਹੋਈ ਹੈ। 2 ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ। ਮੁਖਤਾਰ ਦੇ ਖਿਲਾਫ ਪੈਂਡਿੰਗ ਇਸ ਸਮੇਂ 65 ਮਾਮਲੇ ਨੇ। 21 ਮਾਮਲਿਆਂ ਦਾ ਵੱਖੋ ਵੱਖ ਅਦਾਲਤਾਂ ਦੇ ਵਿੱਚ ਟ੍ਰਾਇਲ ਚੱਲ ਰਿਹਾ। ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਦੇ ਵਿੱਚ ਇਸਨੂੰ ਸ਼ਿਫਟ ਕੀਤਾ ਗਿਆ ਸੀ। ਤਾਂ 7 ਅਪ੍ਰੈਲ 2021 ਨੂੰ ਸਖ਼ਤ ਸੁਰੱਖਿਆ ਹੇਠ ਇਸਨੂੰ ਸ਼ਿਫਟ ਕੀਤਾ ਗਿਆ ਸੀ। ਅਤੇ ਜੇਕਰ ਗੱਲ ਕੀਤੀ ਜਾਵੇ ਮੁਖਤਾਰ ਅੰਸਾਰੀ ਦੀ ਤਾਂ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਵੀ ਇਸਦੀ ਕਾਫੀ ਜ਼ਿਆਦਾ ਨੇੜਤਾ ਸੀ। ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਪਹਿਲੇ ਗੈਂਗਸਟਰ ਡਿੰਪੀ, ਉਸਦੇ ਨਾਲ ਵੀ ਕਿਹਾ ਜਾ ਰਿਹਾ ਕਿ ਇਸਦੀ ਕਾਫੀ ਨੇੜਤਾ ਸੀ। ਡਿੰਪੀ ਚੰਦਪਾਨ ਨੂੰ ਗੁਨਾਹ ਦੀ ਦੁਨੀਆ ਦੇ ਵਿੱਚ ਇਸਨੇ ਮਦਦ ਕੀਤੀ। ਫਿਰ ਇਸ ਤੋਂ ਬਾਅਦ ਨੰਬਰ ਆਉਂਦਾ ਰੋਕੀ ਫਾਜ਼ਿਲਕਾ ਦਾ। ਤਾਂ ਰੋਕੀ ਫਾਜ਼ਿਲਕਾ ਵੀ ਮੁਖਤਾਰ ਅੰਸਾਰੀ ਦਾ ਕਾਫੀ ਕਰੀਬੀ ਮੰਨਿਆ ਜਾਂਦਾ। ਇਹਨਾਂ ਦੋਵਾਂ ਦੇ ਆਪਸ ਦੇ ਵਿੱਚ ਲਿੰਕ ਨੇ। ਯੂਪੀ ਤੋਂ ਲੈ ਕੇ ਉੱਤਰ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਇਸ ਮੁਖਤਾਰ ਅੰਸਾਰੀ ਦਾ ਨਾਮ ਆਇਆ। ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਰੋਪੜ ਜੇਲ੍ਹ ਦੇ ਵਿੱਚ ਰੱਖਣ ਤੇ ਇਸ ਨੂੰ ਵਿਵਾਦ ਹੋਇਆ। ਮੋਹਾਲੀ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਬਿਲਡਰ ਤੋਂ 10 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤੇ ਉਸੇ ਮਾਮਲੇ ਦੇ ਵਿੱਚ ਇਸ ਨੂੰ ਰੋਪੜ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ। ਪ੍ਰੋਡਕਸ਼ਨ ਵਾਰੰਟ ਤੇ 24 ਜਨਵਰੀ 2019 ਨੂੰ ਇਸ ਨੂੰ ਰੋਪੜ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ। 7 ਅਪ੍ਰੈਲ 2021 ਨੂੰ ਸਖ਼ਤ ਸੁਰੱਖਿਆ ਹੇਠ ਇਸ ਨੂੰ ਯੂਪੀ ਦੀ ਬਾਂਦਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਤਾਂ ਜਿੱਥੇ ਗੈਂਗਸਟਰ ਮੁਖਤਾਰ ਅੰਸਾਰੀ ਦੀ ਹੁਣ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ, ਤਾਂ ਪੰਜਾਬ ਦੇ ਪਹਿਲੇ ਗੈਂਗਸਟਰ ਡਿੰਪੀ ਦੇ ਨਾਲ ਵੀ ਇਸਦੀ ਕਾਫੀ ਜ਼ਿਆਦਾ ਨੇੜਤਾ ਸੀ। ਗੁਨਾਹ ਦੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਡਿੰਪੀ ਦੀ ਮਦਦ ਮੁਖਤਾਰ ਅੰਸਾਰੀ ਨੇ ਕੀਤੀ ਸੀ। ਤਾਂ ਪੂਰਵਾਂਚਲ ਦਾ ਇਸ ਨੂੰ ਡੌਨ ਕਿਹਾ ਜਾਂਦਾ ਸੀ ਯੂਪੀ ਦੇ। ਸਾਲ 2005 ਤੋਂ ਇਹ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਹੁਣੇ ਇਸ ਨੂੰ ਕਿਹਾ ਜਾ ਰਿਹਾ ਕਿ 2 ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਜੇਕਰ ਗੱਲ ਕੀਤੀ ਜਾਵੇ ਤਾਂ ਮੁਖਤਾਰ ਅੰਸਾਰੀ ਦੇ ਉੱਤੇ ਕਿਡਨੈਪਿੰਗ, ਐਕਸਟੋਰਸ਼ਨ ਅਤੇ ਮਰਡਰ ਦੇ ਕਈ ਮਾਮਲੇ ਦਰਜ ਨੇ।